श्री गुरु रविदास जी महाराज के 647वें प्रकाश उत्सव के उपलक्ष्य में श्री गुरु रविदास मंदिर कटरा मोहल्ला बस्ती दानिशमंदा जालंधर में से 9 फरवरी से 22 फरवरी तक प्रभात फेरियां निकाली जा रही हैं। इसी श्रृंखला में 12वीं प्रभात फेरी मंदिर प्रांगण से निकाली गई, जिसका शुभारंभ रतन ब्रदर्स के मालिक एवं मंदिर प्रबंधक कमेटी के प्रधान मदनलाल खिंदर के सुपुत्र विशाल खिंदर और अनुराग खिंदर ने विशेष रूप से उपस्थित होकर दीप प्रज्वलित कर किया। ये प्रभात फेरी इलाके की परिक्रमा करते हुए सर्वप्रथम डॉक्टर बी आर अम्बेडकर वेलफेयर सोसाइटी के कार्यालय में पहुंची, जहाँ पर सोसाइटी के सदस्य प्रीतम कलसी, धर्मपाल, पाल कुमार, अशोक कुमार शिवगोत्रा, विपन कुमार शिवगोत्रा, हंसराज सुरेंद्र, अजय कुमार मदनलाल, डॉक्टर राजकुमार, विनय, मंजू, अमित खिंदर, राकेश कुमार, नसीब चंद ने पुष्प वर्षा कर इस प्रभात फेरी का स्वागत किया, जिसके पश्चात ये प्रभात फेरी इलाके की परिक्रमा कर ओम प्रकाश के निवास स्थान पर जाकर संपन्न हुई, जहां पर पारिवारिक सदस्यों ने पुष्प वर्षा कर इस प्रभात फेरी का भव्य स्वागत किया। तो वहीं प्रभात फेरी में शामिल सभी भक्तों के लिए प्रसाद रूपी भव्य भंडारे का आयोजन भी किया गया। इस मौके पर सचिव सतपाल पाला, ओम प्रकाश लोच, वाइस चेयरमैन स्वर्ण यादव, महेश अंगुराल, अमरनाथ, कुलदीप, लकी घई, कैशियर बलबीर लोच, विजय पाठी, सौरभ वसंत, चमन पाठी, गुरदयाल पाठी, अजय डालिया, चरणदास कलसी, पवन कुमार, रूबी, जंग बहादुर, जैकी, कमल डालिया, लकी, स्त्री सत्संग सभा की प्रधान दयावंती, सचिव कृष्णा देवी, संतोष, रमा, जसबीर, उषा लोच, शोभा मीनिया, अरुणा लोच, राजरानी, विमला, विष्णु, कुसुम, रानी लोच, कांता, बॉबी सहित असंख्य भक्तजन भी मौजूद रहे। जालंधर से हलचल के लिए कैमरामैन सुरेंद्र बाबा की रिपोर्ट। Thank you.
ਗੁਰਦਾਸ ਮੰਦਿਰ ਕਟੜਾ ਮੱਲਾ ਤੋਂ ਨਿਕਾਲੀ ਗਈ, ਜਿਸ ਦੀ ਅਧਿਅਕਤਾ ਸਾਡੇ ਗੁਰੂ ਘਰ ਦੇ ਪ੍ਰਧਾਨ ਮਾਨਯੋਗ ਸ਼੍ਰੀ ਮਦਨ ਲਾਲ ਕਿੰਦਰ ਜੀ ਉਹਨਾਂ ਨੇ ਕੀਤੀ। ਔਰ ਅੱਜ ਵੀ ਪ੍ਰਭਾਤ ਫੇਰੀ ਪੂਰੇ ਨਗਰ ਦੀ ਪਰਿਕਰਮਾ ਕਰਦੇ ਹੋਏ ਅੱਡਾ ਬਸਤੀ ਦਾਨਸ਼ਮੰਦਾ ਪਾਰਕ ਦੇ ਕੋਲ ਸਾਡੇ ਬਹੁਤ ਹੀ ਸਤਿਕਾਰਯੋਗ ਬੀ ਆਰ ਅੰਬੇਡਕਰ ਲਾਇਬ੍ਰੇਰੀ, ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਨੇ ਅੱਜ ਦੀ ਪ੍ਰਭਾਤ ਫੇਰੀ ਆਪਣੇ ਇਲਾਕੇ ਦੇ ਵਿੱਚ ਬੁਲਾਈ ਹੈ, ਚਰਨ ਪੁਆਏ ਹਨ। ਸੋ ਤੁਸੀਂ ਜਾਣਦੇ ਹੀ ਹੋ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਉਤਸਵ ਜੋ ਕਿ 24 ਫਰਵਰੀ ਨੂੰ ਆ ਰਿਹਾ ਹੈ, ਔਰ ਉਸ ਸੰਬੰਧ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਮੈਂ ਇਹੋ ਹੀ ਬੇਨਤੀ ਕਰਾਂਗਾ ਸਾਰੀ ਸਾਧ ਸੰਗਤ ਨੂੰ ਕਿ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਅੱਗੇ ਨਾਲੋਂ ਵੀ ਵੱਧ ਚੜ੍ਹ ਕੇ ਮਨਾਈਏ। ਔਰ ਜਿਸ ਦਿਨ ਬਾਬਾ ਦਾਸ ਜੀ ਦਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮਦਿਨ ਹੋਵੇ, ਪ੍ਰਕਾਸ਼ ਉਤਸਵ ਹੋਵੇ, ਉਸ ਦਿਨ ਘਰ ਦੇ ਵਿੱਚ ਦੀਪਮਾਲਾ ਕਰੋ, ਖੁਸ਼ੀਆਂ ਮਨਾਓ। ਗੁਰੂ ਪਿਆਰੇ ਸਾਧ ਸੰਗਤ ਜੀਓ, ਤੁਸੀਂ ਜਾਣਦੇ ਹੋ ਕਿ 24 ਫਰਵਰੀ ਨੂੰ ਗੁਰੂ ਮਹਾਰਾਜ ਜੀ ਦਾ ਜੋ ਜਨਮ ਦਿਹਾੜਾ ਆ ਰਿਹਾ ਹੈ ਉਸਦੇ ਉਪਲਕਸ਼ ਵਿੱਚ 9 ਤੋਂ ਲੈ ਕੇ 22 ਤਰੀਕ ਤੱਕ ਜੋ ਪ੍ਰਭਾਤ ਫੇਰੀਆਂ ਚੱਲ ਰਹੀਆਂ ਸਨ, ਅੱਜ ਬਾਰਵੀਂ ਪ੍ਰਭਾਤ ਫੇਰੀ ਆਪਣਾ ਦਾਨਸ਼ਮੰਦਾ ਅੱਡੇ ਤੇ ਡਾਕਟਰ ਵੈਲਫੇਅਰ ਸੁਸਾਇਟੀ ਜੋ ਹੈ ਅੰਬੇਦਕਰ ਵੈਲਫੇਅਰ ਸੁਸਾਇਟੀ ਉਹਨਾਂ ਨੇ ਬੁਲਾਈ ਹੈ, ਆ ਕਰਕੇ ਸਾਰਿਆਂ ਚਰ ਪਾਇਆ। ਉਹਨਾਂ ਨੇ ਖੂਬ ਲੰਗਰ ਛਕਾਏ ਹਨ, ਚਾਹ ਪਾਣੀ ਦੇ ਲੰਗਰ ਤੇ ਹਨ, ਫਰੂਟ ਦੇ ਲੰਗਰ ਜੋ ਹੈ ਲਗਾਏ ਹੋਏ ਹਨ। ਤੋ ਇਹ ਇਸਤਰੀ ਸਭਾ ਔਰ ਜੈਨ ਸਭਾ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜੋ ਆਪਣੀ ਸੁਸਾਇਟੀ ਹੈ ਉਸਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਇਸ ਅੱਡੇ 'ਤੇ ਆ ਕਰਕੇ ਸਾਰਿਆਂ ਦੇ ਚਰਨ ਪਾਏ ਹਨ। ਸੋ ਅਸੀਂ ਫਿਰ ਦੁਬਾਰਾ ਸੂਚਨਾ ਦਿੰਦੇ ਹਾਂ ਕਿ 23 ਤਰੀਕ ਨੂੰ ਸ਼ੋਭਾ ਯਾਤਰਾ ਨਿਕਾਲੀ ਜਾਏਗੀ। ਆਪ ਸਾਨੂੰ ਬੇਨਤੀ ਹੈ ਕਿ 23 ਤਰੀਕ ਨੂੰ ਸ਼੍ਰੀ ਰਵਿਦਾਸ ਮੰਦਿਰ ਕਟੜਾ ਮੱਲਾ 'ਚ ਪਹੁੰਚਣਾ ਹੈ, 9:30 ਵਜੇ 10 ਵਜੇ ਪਰਿਵਾਰ ਆਪਣਾ ਸ਼ੋਭਾ ਯਾਤਰਾ ਚੱਲਣੀ ਹੈ। ਔਰ ਇਸ ਵਾਰ ਜੋ ਜਨਮ ਦਿਨ ਹੈ 2 ਦਿਨ ਮਨਾਇਆ ਜਾ ਰਿਹਾ ਹੈ, 24 ਤਰੀਕ ਔਰ 25 ਤਰੀਕ ਨੂੰ। 24 ਤਰੀਕ ਨੂੰ ਆਪਾਂ ਨੇ ਸਾਰਿਆਂ ਨੇ ਜੋ ਹੈ ਹਵਨ ਯੋਗ ਕਰਨਾ ਹੈ ਔਰ ਝੰਡੇ ਦੀ ਰਸਮ ਅਦਾ ਕਰਨੀ ਹੈ। ਉਸ ਤੋਂ ਬਾਅਦ 11 ਤੋਂ ਲੈ ਕੇ 12 ਵਜੇ ਤੱਕ ਸਾਡੀ ਜੋ ਇਸਤਰੀ ਸਭਾ ਹੈ ਉਹ ਗੁਣਗਾਨ ਕਰੇਗੀ ਔਰ 25 ਤਰੀਕ ਨੂੰ ਆਪ ਸਭ ਦੇ ਸਹਿਯੋਗ ਦੇ ਨਾਲ ਗੁਰੂ ਮਹਾਰਾਜ ਜੀ ਦਾ ਜੋ ਕਵੀ ਦਰਬਾਰ ਹੈ ਮਨਾਇਆ ਜਾਏਗਾ। ਇਸਦਾ ਜੋ ਸਮਾਂ ਹੈ 12 ਤੋਂ ਲੈ ਕੇ 2:30 ਵਜੇ ਤੱਕ ਹੈ ਔਰ 2:30 ਵਜੇ ਤੋਂ ਬਾਅਦ ਜੋ ਹੈ ਟੁੱਟ ਲੰਗਰ ਪਤਾਇਆ ਜਾਏਗਾ। ਤੋ ਸਾਰੇ ਅੱਡੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਾਂ 23 ਤਰੀਕ ਨੂੰ ਸ਼ੋਭਾ ਯਾਤਰਾ ਪਹੁੰਚਣਾ ਹੈ ਔਰ 24 ਤਰੀਕ ਔਰ 25 ਤਰੀਕ ਨੂੰ ਗੁਰੂ ਰਵਿਦਾਸ ਮੰਦਿਰ ਕਟੜਾ ਮੱਲਾ ਵਿੱਚ ਪਹੁੰਚ ਕੇ ਆਪਾਂ ਸਾਰਿਆਂ ਨੇ ਗੁਰੂ ਮਹਾਰਾਜ ਦਾ ਗੁਰਪੁਰਬ ਮਨਾਉਣਾ ਹੈ। ਸਾਰੀ ਆਯੁਰਵੇਦ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ।
ਸ਼ੁਕਰਗੁਜ਼ਾਰ ਹਾਂ ਔਰ ਇੱਕ ਵਾਰ ਫਿਰ ਮਹਾਰਾਜ ਜੀ